ਇਸੇ ਤਰ੍ਹਾਂ ਜਿਹੜਾ ਜਾਪ ਸਾਹਿਬ ਹੈ ਇਹਦੇ ਵੀ ਦੋ ਤਰ੍ਹਾਂ ਦੀ ਅਸਾਨਕਾ ਹੈ। ਇੱਕ ਤਾਂ ਜਾਂ ਮੈਂ ਆਪਣੀ ਕਥਾ ਬਖਾਨੋ ਤਬ ਸਾਧਤ ਜੇ ਮੈਂ ਮੁਦਿਆਨੋ ਹੇਮਕੁੰਡ ਪਰਬਤ ਹੈ ਜਹਾਂ ਸਬਦ ਸਿੰਘ ਸੋਭਤ ਹੈ ਤਹਾਂ ਸਬਦ ਸਿੰਘ ਤੇ ਨਾਮ ਕਹਾਵਾ ਪੰਡ ਰਾਜ ਜੋਗ ਮੁਹਾਰਾ ਪੰਡ ਰਾਜ ਜੋਗ ਘੁਮਾਵਾ ਤੈ ਅਵਧਿਕ ਤਪੱਸਿਆ ਰਾਧੀ ਮਹਾਕਾਲ ਕਾਲ ਕਾ ਅਰਾਧੀ। ਉੱਥੇ ਬੜੀ ਸਾਧਨਾ ਕੀਤੀ ਕਾਲ ਦਾ ਜੀ ਮਹਾਕਾਲ ਕਰਨ ਵਾਲਾ ਪਰਮੇਸ਼ਰ ਉਹਦਾ ਮੈਂ ਅਰਾਧੀ ਅਰਾਧਨ ਕਰਨ ਵਾਲਾ ਉਹਦੀ ਅਰਾਧਨਾ ਕੀਤੀ। ਇਸ ਤਰ੍ਹਾਂ ਅਕਾਲ ਵਾਹਿਗੁਰੂ ਨੇ ਸਾਨੂੰ ਉੱਥੋਂ ਬੁਲਾਇਆ ਅਤੇ ਫਿਰ ਸਾਨੂੰ ਇਸ ਸੰਸਾਰ ਦੇ ਵਿੱਚ ਜਾਣ ਲਈ ਕਿਹਾ ਵੀ ਇਸ ਤਰ੍ਹਾਂ ਇਹ ਅਕਾਲ ਪੁਰਖ ਵਾਹਿਗੁਰੂ ਦੇ ਗੁਰੂ ਨਾਨਕ ਸਾਹਿਬ ਜੀ ਵਾਂਗ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਜਿਹੜੀ ਜਾਪ ਸਾਹਿਬ ਬਾਣੀ ਹੈ ਇਹਦੇ ਵਿੱਚ ਵਾਹਿਗੁਰੂ ਨੂੰ ਨਮਸਕਾਰਾਂ ਕੀਤੀਆਂ ਗਈਆਂ ਹਨ ਅਤੇ ਵਾਹਿਗੁਰੂ ਦੇ ਸਰੂਪ ਦੇ ਲੱਛਣ ਵੀ ਹਨ ਅਤੇ ਤਟਸਥੀ ਲੱਛਣ ਵੀ ਹਨ। ਸੋ ਸਮਝ ਲਓ ਵੀ ਇਹ ਜਿਵੇਂ ਉਹ ਵਿਸ਼ਨੂੰ ਦਾ ਸਹੰਸਰ ਨਾਮ ਹੈ ਹਜ਼ਾਰਾਂ ਨਾਮ ਨੇ ਅਤੇ ਇਹਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਦੇ ਹਜ਼ਾਰਾਂ ਨਾਮ ਕਹਿ ਕੇ ਅਤੇ ਨਮਸਕਾਰਾਂ ਕੀਤੀਆਂ ਹਨ। ਨਵਸਤੂ ਅਕਾਲੇ ਨਵਸਤੂ ਕਿਰਪਾਲੇ ਨਵਸਤੂ ਅਰੂਪੇ ਨਵਸਤੂ ਅਨੂਪੇ। ਇਉਂ ਵਾਹਿਗੁਰੂ ਦੇ ਸਾਹਮਣੇ ਖੜਿਆ ਹੋ ਕੇ ਪਹਿਲੀ ਵਾਰ ਜਾਪ ਸਾਹਿਬ ਉਚਾਰਨ ਕਰਕੇ ਮਹਿਮਾ ਕੀਤੀ ਵਡਿਆਈ ਕੀਤੀ। ਦੂਜੀ ਵਾਰ ਕਦੋਂ ਉਚਾਰਿਆ ਆਪ ਜੀ ਨੇ ਇਹਦੀ ਅਸਾਨਕਾ ਇਸ ਤਰ੍ਹਾਂ ਸੰਪਰਦਾ ਵਿੱਚ ਵਿਦਿਆਰਥੀਆਂ ਨੂੰ ਦੱਸੀ ਜਾਂਦੀ ਹੈ ਵੀ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਜੋ ਗੁਰਤਾ ਗੱਦੀ ਦਾ ਤਖ਼ਤ ਹੈ ਸਿੰਘਾਸਨੋ ਤੇ ਸਜ ਰਹੇ ਸਨ, ਵੀਰ ਆਸਨ ਆਪ ਲਾਈ ਬੈਠੇ ਸਨ। ਵੀਰ ਆਸਨ ਹੁੰਦਾ ਜਿਹੜਾ ਸੱਜਾ ਗੋਡਾ ਹੈ ਉਹ ਖੜਾ ਰੱਖਣਾ, ਜਿਹੜਾ ਖੱਬਾ ਗੋਡਾ ਹੈ ਉਹ ਹੇਠਾਂ ਧਰਤੀ ਤੇ ਨਵਾ ਕੇ ਰੱਖਣਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸੱਜਾ ਗੋਡਾ ਖੜਾ ਰੱਖਦੇ ਸਨ ਅਤੇ ਖੱਬਾ ਨਵਾਉਂਦੇ ਸਨ, ਇਸ ਤਰ੍ਹਾਂ ਵੀਰ ਆਸਨ ਲਾਉਂਦੇ ਸਨ। ਉਹ ਜਿਹੜੇ ਕੋਈ ਬਾਕੀ ਆ ਫੌਜੀ ਫੌਜੀ ਜੇ ਹੈ ਇਹ ਉਲਟਾ ਲਾਉਂਦੇ ਨੇ, ਇਹ ਖੱਬਾ ਗੋਡਾ ਖੜਾ ਰੱਖਦੇ ਨੇ ਅਤੇ ਸੱਜਾ ਨਵਾਉਂਦੇ ਨੇ। ਅਤੇ ਜੇ ਕੋਈ ਕਹੇ ਵੀ ਇਹ ਭਲਾ ਕਿਵੇਂ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਜਿਹੜੀ ਆ ਹਜ਼ੂਰ ਸਾਹਿਬ ਵਾਲੇ ਉਹ ਫੋਟੋ 'ਚ ਹੈਗੀ ਹੈ ਜਿਹਨੂੰ ਮੰਨਦੇ ਆ ਵੀ ਇਹ ਕਾਫੀ ਮਹਾਰਾਜ ਦੇ ਸਰੂਪ ਦੇ ਨੇੜੇ ਟੁੱਕ ਟੁੱਕੀ ਹੈ ਵੀ ਇਹ ਇਸ ਤਰ੍ਹਾਂ ਮਹਾਰਾਜ ਦਾ ਸਰੂਪ ਸੀ, ਇਸ ਤਰ੍ਹਾਂ ਦਾ ਚਿਹਰਾ ਸੀ। ਉਹਦਾ ਤੁਸੀਂ ਉਹ ਆਸਣ ਦੇਖ ਸਕਦੇ ਹੋ, ਵੀਰ ਆਸਣ ਇਸੇ ਤਰ੍ਹਾਂ ਹੀ ਹੈ, ਸੱਜਾ ਗੋਡਾ ਪ੍ਰਤੱਖ ਦਿਸ ਰਿਹਾ, ਖੱਬਾ ਨਿਵਿਆ ਦਿਸ ਰਿਹਾ ਹੈ। ਇਸ ਤਰ੍ਹਾਂ ਵੀਰ ਆਸਣ ਲਾਈ ਬੈਠੇ ਸਨ ਅਤੇ ਗੁਰਸਿੱਖਾਂ ਨੇ ਆਪ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਜਪ ਬਾਣੀ ਉਚਾਰਨ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਸਿਰ ਸਲਾਘਾ ਕੀਤੀ ਹੈ, ਕੀਰਤੀ ਕੀਤੀ ਹੈ, ਹੋਰਨਾਂ ਸਤਿਗੁਰਾਂ ਨੇ ਵੀ ਆਪਣੇ ਮੁਖਾਰਵਿੰਦ ਤੋਂ ਬਾਣੀ ਉਚਾਰਨ ਕਰਕੇ ਵਾਹਿਗੁਰੂ ਦੀ ਸਿਰ ਸਲਾਹ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਾਂ ਸੁਖਮਨੀ ਸਿਰਲੇਖ ਹੇਠ ਬਾਣੀ ਉਚਾਰਨ ਕਰਕੇ ਵਾਹਿਗੁਰੂ ਦੀ, ਵਾਹਿਗੁਰੂ ਨਾਮ ਦੀ, ਵਾਹਿਗੁਰੂ ਦੇ ਜਪਣ ਵਾਲਿਆਂ ਦੀ, ਸਾਧੂਆਂ ਦੀ, ਬ੍ਰਹਮ ਗਿਆਨੀਆਂ ਦੀ ਬੜੀ ਮਹਾਨ ਮਹਿਮਾ ਕੀਤੀ ਹੈ। ਅਤੇ ਤੁਸੀਂ ਵੀ ਮਹਾਰਾਜ ਆਪਣੇ ਮੁਖਾਰ ਤੁਮਿੰਨ ਤੋਂ ਕੋਈ ਐਸੀ ਬਾਣੀ ਉਚਾਰਨ ਕਰੋ ਜਿਹਦੇ ਵਿੱਚ ਵਾਹਿਗੁਰੂ ਦੀ ਮਹਿਮਾ ਵਡਿਆਈ ਹੋਵੇ, ਕੀਰਤੀ ਹੋਵੇ।
ਇਸ ਤਰ੍ਹਾਂ ਫਿਰ ਉਹ ਗੁਰਸਿੱਖਾਂ ਦੀ ਬੇਨਤੀ ਨੂੰ ਮੰਨਦਿਆਂ ਹੋਇਆ ਆਪ ਜੀ ਨੇ ਬਚਨ ਕਹੇ ਵੀ ਪਹਿਲਾਂ ਵੀ ਅਸੀਂ ਇਹ ਵਾਹਿਗੁਰੂ ਦੀ ਸਿਰ ਸਲਾਘਾ ਵਾਲੀ ਜਿਹੜੀ ਬਾਣੀ ਹੈ ਜਦੋਂ ਅਸੀਂ ਹੇਮਕੁੰਡ ਤੋਂ ਵਾਹਿਗੁਰੂ ਦੇ ਹਜ਼ੂਰੀ ਵਿੱਚ ਗਏ ਸਨਮੁਖ ਗਏ ਸੀ ਉਦੋਂ ਉਚਾਰਨ ਕੀਤੀ ਸੀ ਲਓ ਹੁਣ ਤੁਹਾਨੂੰ ਇਹ ਅਸੀਂ ਸੁਣਾ ਦਿੰਦੇ ਹਾਂ ਫਿਰ ਆਪ ਜੀ ਨੇ ਦੂਜੀ ਵਾਰ ਉਹ ਗੁਰਸਿੱਖਾਂ ਦੇ ਬੇਨਤੀ ਕਰਨ ਤੋਂ ਅਨੰਦਪੁਰ ਸਾਹਿਬ ਦੇ ਵੀ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠਿਆ ਹੋਇਆ ਇਹ ਜੋ ਜਾਪ ਸਾਹਿਬ ਸਿਰਲੇਖ ਹੇਠ ਬਾਣੀ ਹੈ ਆਪਣੇ ਮੁਕਾਰਬਿੰਦ ਤੋਂ ਉਚਾਰਨ ਕਰਕੇ ਸਿੰਘਾਂ ਨੂੰ ਸੁਣਾਈ ਤੇ ਨਾਲ ਹੀ ਲਿਖਾਈ ਇਸੇ ਤਰ੍ਹਾਂ ਜਦੋਂ ਆਪ ਜੀ ਨੇ ਫਿਰ ਖਾਲਸੇ ਪੰਥ ਦਾ ਸਿਰਜਣਾ ਕੀਤੀ ਪੰਜ ਸੀਸ ਲੈ ਕੇ ਇਸ ਤਰ੍ਹਾਂ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਅਤੇ ਉਸ ਅੰਮ੍ਰਿਤ ਤਿਆਰ ਕਰਨ ਵਾਸਤੇ ਵੀ ਆਪ ਜੀ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਜਪ ਬਾਣੀ ਦਾ ਜਾਪ ਪਾਠ ਕੀਤਾ ਅਤੇ ਦੂਸਰੇ ਨੰਬਰ 'ਤੇ ਜੋ ਆਪ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਖੜਿਆ ਹੋ ਕੇ ਇਹ ਨਮਸਕਾਰ ਰੂਪ ਬਾਣੀ ਉਚਾਰਨ ਕੀਤੀ ਉਹ ਸਤੀ ਰੂਪ ਉਚਾਰਨ ਕੀਤੀ ਸੀ ਇਹਦਾ ਪਾਠ ਕੀਤਾ ਇਸੇ ਤਰ੍ਹਾਂ ਜੋ ਸੁਦਾ ਸਵੱਈਏ ਆਉਂਦੇ ਹਨ ਅੰਮ੍ਰਿਤ ਰੂਪ ਸਵੱਈਏ ਅੰਮ੍ਰਿਤ ਵਿੱਚ ਪੜ੍ਹੇ ਗਏ ਆ ਨਾ ਇਹ ਇਸ ਕਰਕੇ ਇਹਨਾਂ ਨੂੰ ਸੁਦਾ ਸਵੱਈਏ ਵੀ ਕਹਿੰਦੇ ਹਨ ਵੀ ਉਹ ਆਪ ਜੀ ਨੇ ਉਹ ਪੜ੍ਹਨਾ ਕੀਤੇ ਫਿਰ ਜਿਹੜੀ ਰੱਖਿਆ ਵਾਲੀ ਬੇਨਤੀਆਂ ਕਰਨ ਵਾਲੀ ਉਹ ਚੌਪੀ ਹੈ ਉਹਦਾ ਪਾਠ ਕੀਤਾ ਫਿਰ ਇਸੇ ਤਰ੍ਹਾਂ ਜੀਵਨ ਮੁਕਤੀ ਦਾ ਜਿਹੜਾ ਆਨੰਦ ਹੈ ਮਾਨਣ ਵਾਸਤੇ ਬਖਸ਼ਣ ਵਾਸਤੇ ਆਪ ਜੀ ਨੇ ਸ੍ਰੀ ਆਨੰਦ ਸਾਹਿਬ ਜੀ ਦੇ ਬਾਣੀ ਦਾ ਪਾਠ ਕੀਤਾ ਉਹ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਅਤੇ ਪੰਜਾਂ ਨੂੰ ਉਹ ਸੀਸ ਵਿੱਚ ਪਾ ਕੇ ਅੱਖਾਂ ਵਿੱਚ ਪਾ ਕੇ ਪੰਜ ਚੁੜੇ ਪਾ ਕੇ ਸਰਜੀਤ ਕੀਤਾ ਸੀ ਮ੍ਰਿਤਕ ਉਪਾਇਓ ਤਨ ਸਾਸਾ ਬਿਛਰ ਧਿਆਨ ਮਿਲਾਇਆ ਸਤਿਗੁਰ ਮੇਰਾ ਮਾਰ ਜੀ ਵਾਲਾ ਇਸ ਤਰ੍ਹਾਂ ਆਪ ਜੀ ਨੇ ਯਾਨੀ ਦੂਜੀ ਵਾਰ ਜਿਹੜੀ ਬਾਣੀ ਹੈ ਉਹ ਅੰਮ੍ਰਿਤ ਵਿੱਚ ਪੜ੍ਹ ਕੇ ਇਹਨੂੰ ਗੁਰਸਿੱਖਾਂ ਵਿੱਚ ਪ੍ਰਚਾਰਿਆ ਨਾਲ ਕਿਹਾ ਖਾਲਸਾ ਜੀ ਜਿਸ ਪੰਜ ਬਾਣੀਆਂ ਦਾ ਅਸੀਂ ਪਾਠ ਕਰਕੇ ਅੰਮ੍ਰਿਤ ਤਿਆਰ ਕੀਤਾ ਇਹਦਾ ਪੰਜ ਬਾਣੀਆਂ ਦਾ ਤੁਸੀਂ ਅੰਮ੍ਰਿਤ ਵੇਲੇ ਨਿਤਨੇਮ ਕਰਨਾ ਹੈ ਜਪਜੀ ਸਾਹਿਬ ਜਾਪ ਸਾਹਿਬ ਸੁਦਾ ਸਵੱਈਏ ਬੇਨਤੀ ਚੌਪਈ ਅਤੇ ਇਸੇ ਤਰ੍ਹਾਂ ਸ੍ਰੀ ਆਨੰਦ ਸਾਹਿਬ ਅਤੇ ਇਸੇ ਤਰ੍ਹਾਂ ਰਹਿਤ ਮਰਚਾਦਾ ਦੱਸਦਿਆਂ ਹੋਇਆ ਵੀ ਸ਼ਾਮ ਨੂੰ ਰਹਿਰਾਸ ਪੜ੍ਹਨੀ ਹੈ ਅਤੇ ਬਰਾਜਨ ਸਮੇਂ ਸੋਹਲੇ ਦਾ ਪਾਠ ਕਰਨਾ ਹੈ ਇਸ ਤਰ੍ਹਾਂ ਜਾਣੀ ਇਹ ਪਹਿਲਾਂ ਆਪ ਜੀ ਨੇ ਸਿੱਖਾਂ ਦੇ ਬੇਨਤੀ ਕਰਨ ਤੋਂ ਜਾਪ ਸਾਹਿਬ ਬਾਣੀ ਉਚਾਰਨ ਕੀਤੀ ਅਤੇ ਲਿਖਵਾਈ ਅਤੇ ਫਿਰ ਉਹਨੂੰ ਅੰਮ੍ਰਿਤ ਸੰਚਾਰ ਵੇਲੇ ਪੜ੍ਹਿਆ ਅਤੇ ਨਿਤਨੇਮ ਕਰਨ ਦੀ ਸਿੰਘਾਂ ਨੂੰ ਆਗਿਆ ਕੀਤੀ ਇਸੇ ਤਰ੍ਹਾਂ ਵੀ ਇਹ ਜਾਪ ਸਾਹਿਬ ਦੇ ਅਰਥ ਜਿਹੜੇ ਹੈ ਉਹ ਕਿਸ ਵੇਲੇ ਕਿਸ ਸਮੇਂ ਮਹਾਰਾਜ ਨੇ ਸੁਣਾਏ ਇਹਦੇ ਜਾਪ ਸਾਹਿਬ ਅਰਥਾਂ ਦੇ ਸੁਣਾਉਣ ਦਾ ਕਾਰਨ ਸਬੱਬ ਕੀ ਬਣਿਆ ਇਹਦੀ ਵੀ ਉਥਾਨਿਕਾ ਹੈ ਕਿ ਖੰਡੇ ਬਾਟੇ ਦਾ ਜੋ ਅੰਮ੍ਰਿਤ ਤਿਆਰ ਕਰਕੇ ਛਕਾਇਆ ਖਾਲਸਾ ਪੰਥ ਦੀ ਸਿਰਜਣਾ ਹੋ ਗਈ ਇੱਕ ਦਿਨ ਗੁਰੂ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ ਸਨ ਇੱਕ ਤਾਂ ਜਿਹੜੇ ਪੰਜ ਪਿਆਰੇ ਹੈ ਭਾਈ ਦਇਆ ਸਿੰਘ ਜੀ ਜੋ ਲਾਹੌਰ ਦੇ ਵਾਸੀ ਸਨ ਭਾਈ ਧਰਮ ਸਿੰਘ ਜੀ ਜੋ ਦਿੱਲੀ ਤੋਂ ਆਏ ਸਨ ਸੀਸ ਦੇ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ
ਤੇ ਜਗਨਨਾਥ ਤੋਂ ਆਏ ਸੀ ਹਿੰਮਤ ਸਿੰਘ ਜੀ ਤੇ ਮੋਹਕਮ ਸਿੰਘ ਜੀ ਆਏ ਸੀ ਦੁਆਰਕਾਪੁਰੀ ਤੋਂ ਤੇ ਭਾਈ ਸਹਿਬ ਸਿੰਘ ਜੀ ਆਏ ਸਨ ਬਿਦਰਪੁਰੀ ਤੋਂ ਇਹ ਜਿਹੜੇ ਪੰਜ ਪਿਆਰੇ ਇਹ ਇਹਨਾਂ ਦੇ ਨਾਲ ਹੀ ਛੇਵੇਂ ਸਨ ਪ੍ਰਿਥੀ ਸਿੰਘ ਜੀ ਸੱਤਵੇਂ ਸਨ ਗੁਰਬਖਸ਼ ਸਿੰਘ ਜਿਨ੍ਹਾਂ ਦਾ ਅਕਾਲ ਤਖ਼ਤ ਦੇ ਬੈਕ ਸਾਈਡ ਪਿੱਠ ਪਿੱਛੇ ਹੁਣ ਵੀ ਬੂੰਗਾ ਬਣਿਆ ਸ਼ੀਰ ਅਸਥਾਨ ਬਣਿਆ ਹੋਇਆ ਹੈ ਇਸ ਤਰ੍ਹਾਂ ਇਹ ਸੱਤਵੇਂ ਸਨ ਗੁਰਬਖਸ਼ ਸਿੰਘ ਜੀ ਬੇਨਤੀ ਕਰਨ ਵਾਲੇ ਅੱਠਵੇਂ ਸਿੰਘ ਸਨ ਭਾਈ ਮਾਨ ਸਿੰਘ ਨੌਵੇਂ ਸਨ ਭਾਈ ਜੀਵਨ ਸਿੰਘ ਦਸਵੇਂ ਸਿੰਘ ਸਨ ਭਾਈ ਨਿਹਾਲ ਸਿੰਘ ਗਿਆਰਵੇਂ ਸਿੰਘ ਸਨ ਭਾਈ ਬੁੱਧ ਸਿੰਘ ਬਾਰਵੇਂ ਸਿੰਘ ਸਨ ਭਾਈ ਮੋਹਰ ਸਿੰਘ ਇਹ ਬਾਰਾਂ ਸਿੰਘਾਂ ਨੇ ਆਪ ਜੀ ਅੱਗੇ ਬੇਨਤੀ ਕੀਤੀ ਸੀ ਮਹਾਰਾਜ ਜੋ ਆਪ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਜਾਪ ਬਾਣੀ ਉਚਾਰਨ ਕੀਤੀ ਹੈ ਕਿਰਪਾ ਕਰਕੇ ਮਹਾਰਾਜ ਦੇ ਅਰਥ ਕਰਕੇ ਸੁਣਾਓ ਫਿਰ ਇਹ ਬਾਰਾਂ ਸਿੰਘਾਂ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਹਿਲੀ ਵਾਰ ਇਹ ਜਾਪ ਸਾਹਿਬ ਬਾਣੀ ਦੇ ਅਰਥ ਕਰਕੇ ਇੱਥੇ ਸੁਣਾਏ ਸਨ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਜਿਹੜੇ ਕੋਈ ਸੰਪਰਦਾ ਵਿੱਚ ਪੜ੍ਹਦੇ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿੱਥੇ ਇਹਦੇ ਅਰਥ ਕਰਕੇ ਸੁਣਾਏ ਕੋਈ ਪੁੱਛ ਲਏ ਕਿੱਥੇ ਜਾਪ ਸਾਹਿਬ ਬਾਣੀ ਉਚਾਰਨ ਕੀਤੀ ਕਦੋਂ ਉਚਾਰਨ ਕੀਤੀ ਇਹ ਸ਼ੰਕਾ ਕਰੇ ਤੇ ਉਹ ਦੱਸਿਆ ਜਾਂਦਾ ਵੀ ਇਉਂ ਤੁਸੀਂ ਅੱਗੇ ਦੱਸ ਦੇਣਾ ਉਹ ਜੋ ਦਾਸ ਨੇ ਜਿਵੇਂ ਸੰਪਰਦਾ ਵਿੱਚੋਂ ਇਹ ਕੁਝ ਅਕਸ਼ਰ ਪੜ੍ਹੇ ਆ ਦੱਸਿਆ ਗਿਆ ਵਿਦਿਆਰਥੀ ਨੂੰ ਵੀ ਦਾਸ ਨੂੰ ਉਹੀ ਇਹ ਬਿਆਨ ਅੱਗੇ ਕਰੀ ਜਾ ਰਿਹਾ ਸੰਗਤਾਂ ਵਿੱਚ ਆਪਣੇ ਕੋਲੋਂ ਮੇਰਾ ਕੁਝ ਵੀ ਹੈ ਨਹੀਂ ਇਸੇ ਤਰ੍ਹਾਂ ਵੀ ਬਾਕੀ ਜਿਹੜੀ ਬਾਣੀ ਹੈ ਅੱਜ ਦਸਵੇਂ ਗ੍ਰੰਥ ਸਾਹਿਬ ਦੀ ਅਕਾਲ ਉਸਤਤ ਵਿਚਿੱਤਰ ਨਾਟਕ ਚੰਡੀ ਚਰਿੱਤਰ ਚੰਡੀ ਦੀ ਵਾਰ ਗਿਆਨ ਪ੍ਰਬੋਲ ਸ਼ਸਤਰ ਮਾਲਾ ਅੱਗੇ ਜਿਹੜੇ 405 ਚਰਿੱਤਰ ਨੇ ਜਾਂ ਜਫਰਨਾਮਾ ਹੈ ਇਹ ਸਾਰੀਆਂ ਜਿਹੜੀਆਂ ਬਾਣੀਆਂ ਹਨ ਇਹਨਾਂ ਦੇ ਉਚਾਰਨ ਦਾ ਵੀ ਕੋਈ ਸਬੱਬ ਹੈ ਕੋਈ ਕਾਰਨ ਹੈ ਇਹਨਾਂ ਦੀਆਂ ਵੀ ਅੱਡੋ ਅੱਡੀ ਉਥਾਨਕਾਂ ਹਨ